ਅੱਜ ਪੰਜਾਬ ਇੱਕ ਵੱਡਾ ਸੰਤਾਪ ਹੰਡਾ ਰਿਹਾ ਹੈ। ਪੰਜਾਬ ਦੇ ਨੌਜਵਾਨ ਚੰਗੇ ਭਵਿੱਖ ਲਈ ਪ੍ਰਦੇਸ਼ਾਂ ਵੱਲ ਪ੍ਰਵਾਸ ਕਰ ਰਹੇ ਨੇ, ਭਾਵੇਂ ਉੱਥੇ ਦੀ ਚਕਾਚੌਂਦ ਦੀ ਜ਼ਿੰਦਗੀ ਸਭ ਨੂੰ ਸੋਹਣੀ ਲੱਗਦੀ ਹੈ ਅਤੇ ਸੁਪਨੇ ਹੁੰਦੇ ਨੇ ਕਿ ਅਸੀਂ ਅਮੀਰ ਹੋ ਜਾਵਾਂਗੇ, ਘਰ ਬਾਰ ਵਧੀਆ ਬਣਾ ਲਵਾਂਗੇ। ਲੇਕਿਨ ਇਸ ਚਕਾਚੌਂਦ ਦੀ ਜ਼ਿੰਦਗੀ ਦੇ ਪਿੱਛੇ ਕੁਝ ਕਾਲੇ ਪੰਨੇ ਨੇ ਅਤੇ ਜਿਨ੍ਹਾਂ ਪਰਿਵਾਰਾਂ ਦਾ ਨਾਮ ਉਹਨਾਂ ਕਾਲਿਆਂ ਪੰਨਿਆਂ ਉੱਤੇ ਲਿਖਿਆ ਜਾਂਦਾ ਹੈ, ਉਹ ਪਰਿਵਾਰ ਸਾਰੀ ਜ਼ਿੰਦਗੀ ਇੱਕ ਵੱਡਾ ਦੁਖਾਂਤ ਸਹਿੰਦੇ ਨੇ, ਸੋਚਦੇ ਨੇ ਕਿ ਆਪਣੇ ਧੀ ਪੁੱਤ ਨੂੰ ਅਸੀਂ ਵਿਦੇਸ਼ ਕਿਉਂ ਭੇਜਿਆ ਸੀ। ਅਜਿਹਾ ਇੱਕ ਮਾਮਲਾ ਗੁਰਦਾਸਪੁਰ ਦੇ ਵਡਾਲਾ ਬਾਂਗਰ ਤੋਂ ਸਾਹਮਣੇ ਆਇਆ, ਜਿੱਥੋਂ ਦੇ ਇੱਕ ਸਬਜ਼ੀ ਵਿਕਰੇਤਾ ਸੁਰਜਣ ਸਿੰਘ ਦੇ ਵੱਲੋਂ ਆਪਣੇ 30 ਸਾਲਾ ਪੁੱਤ ਨੂੰ 5 ਸਾਲ ਪਹਿਲਾਂ ਵਿਦੇਸ਼ ਭੇਜਿਆ ਗਿਆ ਸੀ। ਪਰਿਵਾਰ ਦੇ ਸੁਪਨੇ ਸੀ ਕਿ ਪੁੱਤ ਵਿਦੇਸ਼ ਦੇ ਵਿੱਚ ਕਮਾਵੇਗਾ ਅਤੇ ਉਹਨਾਂ ਦੇ ਪਰਿਵਾਰ ਦੀ ਗਰੀਬੀ ਦੂਰ ਹੋ ਜਾਵੇਗੀ। ਲੰਬੇ ਸੁਪਨੇ ਨੇ ਜਿਹੜੇ ਉਹ ਪਰਿਵਾਰ ਵੱਲੋਂ ਸਜਾਏ ਜਾਂਦੇ ਨੇ। ਲੇਕਿਨ ਇੱਕ ਦਿਨ ਅਚਾਨਕ ਹਾਂਗਕਾਂਗ ਤੋਂ ਫੋਨ ਆਉਂਦਾ ਹੈ ਕਿ ਤੁਹਾਡੇ ਪੁੱਤਰ ਨੂੰ ਦਿਲ ਦਾ ਦੌਰਾ ਪਿਆ ਹੈ। ਲੇਕਿਨ ਦੋਸਤ ਕਹਿੰਦੇ ਨੇ ਕਿ ਫਿਕਰ ਵਾਲੀ ਕੋਈ ਗੱਲ ਨਹੀਂ, ਅਸੀਂ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਹੈ ਅਤੇ ਉਹ ਹੋਸ਼ ਵਿੱਚ ਹੈ। ਪਰਿਵਾਰ ਵੱਲੋਂ ਸ਼ੁੱਕਰਵਾਰ ਵਾਲੇ ਦਿਨ ਆਪਣੇ ਪੁੱਤ ਨਾਲ ਗੱਲਬਾਤ ਵੀ ਕੀਤੀ ਜਾਂਦੀ ਹੈ। ਲੇਕਿਨ ਜਦੋਂ ਐਤਵਾਰ ਵਾਲੇ ਦਿਨ ਦੁਬਾਰਾ ਫੋਨ ਆਉਂਦਾ ਹੈ ਕਿ ਤੁਹਾਡੇ ਪੁੱਤ ਦੀ ਮੌਤ ਹੋ ਗਈ ਹੈ, ਤਾਂ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਇੱਕ ਪਲ ਦੇ ਵਿੱਚ ਉੱਜੜ ਜਾਂਦੀਆਂ ਨੇ। ਤਾਂ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਲਾਸ਼ ਪਿੰਡ ਵਾਪਸ ਮੰਗਾਉਣ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਜਾਵੇ, ਤਾਂ ਜੋ ਮਾਪੇ ਆਪਣੇ ਪੁੱਤ ਦੇ ਆਖਰੀ ਵਾਰ ਦਰਸ਼ਨ ਕਰ ਸਕਣ। ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪੀੜਤ ਪਿਤਾ ਅਤੇ ਗੁਆਂਢੀਆਂ ਦਾ, ਆਓ ਦੇਖਦੇ ਹਾਂ। ਬੇਟੇ ਨੂੰ ਅਟੈਕ ਹੋਇਆ ਭਾਅ ਜੀ, ਉਮਰ 27 ਸਾਲ ਦੀ, ਹਾਂਗਕਾਂਗ ਗਏ ਸੀ, ਬੇਟਾ ਕਮਾਈ ਕਰਨ ਚਲਾ ਗਿਆ ਅਤੇ ਇਹਦੀ ਬਾਡੀ ਵੱਲੋਂ ਮਤਲਬ ਛੇਤੀ ਛੇਤੀ ਮਤਲਬ ਪੈਰਵਾਈ ਕੀਤੀ ਜਾਏ, ਉਹਦੇ ਲਈ ਸਰਕਾਰ ਨੂੰ ਬੇਨਤੀ ਹੈ ਅਤੇ ਸਰਵੀਨੂੰ ਸਰਕਾਰ ਨੂੰ ਬੇਨਤੀ ਹੈ। ਮਤਲਬ ਇਕੱਲਾ ਬੇਟਾ ਸੀ, ਉਹਦੇ ਮੂੰਹ ਵੀ ਵੇਖੀਦਾ ਸੀ, ਹਾਂਜੀ ਮਿਹਨਤ ਮਜ਼ੂਰੀ ਕਰੀਦੀ, ਸਬਜ਼ੀ ਦਾ ਕੰਮ ਕਰੀਦਾ, ਮਾੜਾ ਮੋਟਾ ਜਿਹੜਾ ਹੈ। ਹਾਂਜੀ ਅੰਕਲ ਜੀ, ਕੀ ਨਾਂ ਜੀ? ਬਲਵਿੰਦਰ ਸਿੰਘ। ਕੀ ਲੱਗਦਾ ਤੁਸੀਂ ਮਾਮਾ ਜੀ? ਕਿੰਨੀ ਉਮਰ ਸੀ ਮੁੰਡੇ ਦੀ? 27 ਸਾਲ। ਵਿਆਹਿਆ ਸੀ ਕਿ ਅਨਮੈਰਿਡ? ਅਨਮੈਰਿਡ ਸੀ। ਕੀ ਅਪੀਲ ਕਰਦੇ? ਅਪੀਲ ਹੈ ਬਾਈ ਸਰਕਾਰ ਨੂੰ ਕਰਦੇ ਹਾਂ ਕਿ ਜੋ ਵੀ ਪੰਜਾਬ ਦੇ ਨੌਜਵਾਨ ਹੈ ਉਹਨਾਂ ਨੂੰ ਇੱਥੇ ਰੁਜ਼ਗਾਰ ਦਿੱਤਾ ਜਾਵੇ ਗੌਰਮੈਂਟ ਨੂੰ, ਹਾਂਜੀ, ਅਤੇ ਜਿਹੜੇ ਬਾਹਰ ਨਾ ਜਾਣ, ਬੱਚੇ ਇੱਥੇ ਆਪਣੇ ਮਾਂ ਪਿਓ ਦਾ ਖਿਆਲ ਰੱਖਣ, ਉਹਨਾਂ ਦੀ ਦੇਖਭਾਲ ਕਰਨ, ਅਤੇ ਸਰਕਾਰਾਂ ਨੂੰ ਇਹੀ ਬੇਨਤੀ ਆ ਕਿ ਬੱਚੇ ਜਿਹੜੇ ਹਿੰਦੁਸਤਾਨ ਦੇ ਬਾਹਰ ਨਾ ਜਾਣ ਅਤੇ ਇੱਥੇ ਹੀ ਇਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਅਤੇ ਬਾਹਰ ਦੇ ਪੰਜਾਬ ਦੀਆਂ ਜਵਾਨੀ ਜਿਹੜੀਆਂ ਬਾਹਰ ਜਾਂਦੀ ਉਹ ਨਾ ਰਹਿਣ, ਅਤੇ ਬੱਚੇ ਮਾਂ ਪਿਓ ਨੂੰ ਵੀ ਇੱਥੇ ਸਹੂਲਤ ਹੋਵੇ, ਬੱਚਿਆਂ ਦਾ ਵੀ ਸੁੱਖ ਸ਼ਾਂਤੀ ਰਹੇ। ਹਾਂਜੀ ਸਰਕਾਰ ਨੂੰ ਇਹ ਮੈਸੇਜ ਕਰਦਾ ਕਿ ਸਰਕਾਰ ਨੂੰ ਇਹ ਬੇਨਤੀ ਹੱਥ ਜੋੜ ਕੇ ਕਿ ਉਹ ਬੱਚੇ ਦੀ ਡੈੱਡ ਬਾਡੀ ਜਿਹੜੀ ਇੱਥੇ ਆਈ। ਹਾਂਜੀ, 3 ਦਿਨ ਪਹਿਲਾਂ ਸਾਡੇ ਹੀ ਗੁਆਂਢੀ ਨਿਰਮਲ ਸਿੰਘ ਜੀ, ਜਿਨ੍ਹਾਂ ਦੀ ਹਾਂਗਕਾਂਗ ਦੇ ਵਿੱਚ ਅਚਾਨਕ ਹਾਰਟ ਅਟੈਕ ਹੋਣ ਦੇ ਕਰਕੇ ਮੌਤ ਹੋ ਚੁੱਕੀ ਹੈ, ਉਹਨਾਂ ਦੇ ਪਿਤਾ ਜਿਹੜੇ ਸੱਜਣ ਸਿੰਘ ਨੇ ਉਹ ਪਿੰਡਾਂ ਪਿੰਡਾਂ ਵਿੱਚ ਸਬਜ਼ੀ ਵੇਚਦੇ ਨੇ, ਬਹੁਤ ਹੀ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੇ ਨੇ। ਅੱਜ 3 ਦਿਨ ਪਹਿਲਾਂ ਹੀ ਉਹਨਾਂ ਦਾ ਘਰ ਫੋਨ ਆਇਆ ਸੀ ਕਿ ਇਹਨਾਂ ਦੇ ਬੇਟੇ ਦੀ ਜਿਹੜੀ ਮੌਤ ਹੋ ਚੁੱਕੀ ਹੈ। ਸਾਨੂੰ ਪਤਾ ਲੱਗਾ, ਪੂਰੇ ਪਿੰਡ ਵਾਸ ਜਿਹੜੇ ਨੇ ਘਰ ਵਿੱਚ ਆਏ, ਸ਼ੋਕ ਦੀ ਲਹਿਰ ਜਿਹੜੇ ਪੂਰੇ ਪਿੰਡ ਵਿੱਚ ਪਾਈ ਗਈ। ਮੈਂ ਬੇਨਤੀ ਕਰਦਾ ਸਰਕਾਰਾਂ ਨੂੰ ਕਿ ਜੇ ਉਹ ਬੱਚੇ ਨੌਕਰੀਆਂ ਦੇਣ ਬੱਚਿਆਂ ਨੂੰ, ਤਾਂ ਸਾਡੇ ਬੱਚਿਆਂ ਨੂੰ ਕੀ ਲੋੜ ਹੈ ਬਾਹਰ ਜਾਣ ਦੀ। ਅੱਜ
ਉਹਨਾਂ ਦੇ ਘਰ ਵਿੱਚ ਕੋਈ ਜੀ ਨਹੀਂ ਹੈ, ਮਗਰ ਇਕੱਲਾ ਇਕੱਲਾ ਉਹਨਾਂ ਦਾ ਬੇਟਾ ਸੀ, ਕੋਈ ਉਹਨਾਂ ਦੀ ਬੇਟੀ ਨਹੀਂ ਹੈ, ਉਹਦੀ ਸ਼ਾਦੀ ਵੀ ਨਹੀਂ ਹੋਈ। 7 ਸਾਲ ਪਹਿਲਾਂ ਉਹ ਬਾਹਰ ਗਿਆ ਸੀ, ਅੱਜ ਉਹ ਮ੍ਰਿਤੂ ਦੇ ਰੂਪ ਵਿੱਚ ਪਿੰਡ ਵਾਪਸ ਆ ਰਿਹਾ ਹੈ। ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ, ਸੈਂਟਰ ਗੌਰਮੈਂਟ ਤੋਂ ਮੰਗ ਕਰਦਾ ਕਿ ਉਹਨਾਂ ਦੇ ਪਰਿਵਾਰ ਦੀ ਜਿਹੜੀ ਗੱਲ ਸੁਣੀ ਜਾਵੇ, ਉਹਨਾਂ ਦੇ ਬੱਚੇ ਦੀ ਜਿਹੜੀ ਹੈ ਮ੍ਰਿਤਕ ਦੇਹ ਜਿਹੜੀ ਆ ਉਹ ਸਾਨੂੰ ਜਿਹੜੀ ਉਹਦੇ ਪਰਿਵਾਰ ਨੂੰ ਜਿਹੜੀ ਪਹੁੰਚਾਈ ਜਾਵੇ। ਧੰਨਵਾਦ।